ਦੋਸਤੋ ਅੱਜ ਇੱਕ ਬਹੁਤ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਨਾ ਕਰਾਂਗੇ ਦਰਸਲ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋ ਚੁੱਕਿਆ ਹੈ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਠੇਰ ਕਰ ਦਿੱਤਾ ਹੈ ਦੋਨਾਂ ਦਾ ਇਨਕਾਊਂਟਰ ਹੋ ਚੁੱਕਿਆ ਹੈ ਮੋਬਾਈਲ ਦੇ ਵਿੱਚੋਂ ਕੁਝ ਅਹਿਮ ਗੱਲਾਂ ਦੇ ਸਬੂਤ ਵੀ ਮਿਲ ਚੁੱਕੇ ਨੇ ਤੇ ਏਜੀਟੀਐਫ ਦੀ ਟੀਮ ਜਿਹੜੀ ਹੈ ਉਹਨਾਂ ਤੋਂ ਜਾਂਚ ਕਰ ਰਹੀ ਹੈ ਤੇ ਉਹਨਾਂ ਤੋਂ ਕੁਝ ਵੱਡੇ ਪੱਧਰ ਤੇ ਜਿਹੜੀ ਹੈ ਜਾਂਚ ਹੋ ਸਕਦੀ ਹੈ ਫਿਲਹਾਲ ਦੋ ਜਿਹੜੇ ਸ਼ਾਰਪ ਸ਼ੂਟਰ ਸੀ ਲੁਕੇ ਹੋਏ ਸੀ ਪਿੰਡ ਪਕਨਾ ਦੇ ਵਿੱਚ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉਥੇ ਦੋ ਸ਼ੂਟਰ ਜਿਹੜੇ ਸੀ ਲੁਕੇ ਹੋਏ ਸੀ ਅੱਜ ਪੁਲਿਸ ਦਾ ਪੁਲਿਸ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਦੋਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਜਿਵੇਂ ਕਿ ਇੱਕ ਪੁਲਿਸ ਵਾਲਾ ਵੀ ਜ਼ਖਮੀ ਹੋਇਆ ਹੈ ਉਹਦੇ ਵੀ ਇੱਕ ਫਾਇਰ ਵੱਜਿਆ ਤੇ ਦਰਸਲ ਉਹਨੂੰ ਪੁਲਿਸ ਨੂੰ ਆਪਣੇ ਸਾਥੀ ਨੂੰ ਚੁੱਕ ਕੇ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਫਿਲਹਾਲ ਉਹ ਹਜੇ ਠੀਕ ਹੈ ਬਿਲਕੁਲ ਖਬਰ ਜਿਹੜੀ ਹੈ ਤੰਦਰੁਸਤ ਆ ਰਹੀ ਹੈ ਸਹੀ ਸਲਾਮਤ ਹੈ ਪਰ ਦੋ ਜਿਹੜੇ ਸ਼ਾਰਪ ਸ਼ੂਟਰ ਸੀ ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਉਸ ਦਿਨ 29 ਮਈ ਨੂੰ ਪਿੰਡ ਜਵਾਹਰਕੇ ਦੇ ਵਿੱਚ ਮਜੂਰ ਸੀ ਜਿਨ੍ਹਾਂ ਨੇ ਕਾਫੀ ਜ਼ਿਆਦਾ ਫਾਇਰ ਕੀਤੇ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਉੱਪਰ ਤੇ ਸਿੱਧੂ ਦੀ ਹਤਿਆ ਕਰ ਦਿੱਤੀ ਸੀ ਉਹ ਲੋਕ ਉਹਨਾਂ ਦੇ ਵਿੱਚੋਂ ਦੋ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮੰਨੂ ਕੁਸਾ ਅੱਜ ਪਿੰਡ ਪਕਨਾ ਦੇ ਵਿੱਚ ਲੁਕੇ ਹੋਏ ਸੀ ਅੰਮ੍ਰਿਤਸਰ ਦੇ ਵਿੱਚ ਲੁਕੇ ਹੋਏ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਘੇਰ ਕੇ ਨਾਕਾਬੰਦੀ ਕਰ ਲਈ ਗਈ ਸੀ ਤੇ ਵਾਰਨਿੰਗ ਦਿੱਤੀ ਗਈ ਸੀ ਕਿ ਆਪਣੇ ਹਥਿਆਰ ਸੁੱਟੋ ਤੇ ਬਾਹਰ ਆਜੋ ਸਾਨੂੰ ਪਤਾ ਹੈ ਕਿ ਤੁਸੀਂ ਇਸ ਘਰ ਦੇ ਵਿੱਚ ਹੀ ਲੁਕੇ ਹੋਇਓ ਪਰ ਉਹਨਾਂ ਦੇ ਵੱਲੋਂ ਜਵਾਬ ਕੋਈ ਨਾ ਦਿੱਤਾ ਗਿਆ ਦਰਸਲ AK47 ਦੇ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਗੋਲੀਆਂ ਚਲਾ ਕੇ ਪੁਲਿਸ ਨੂੰ ਜਿਹੜਾ ਮਜਬੂਰ ਕਰ ਦਿੱਤਾ ਆਪਣੇ ਉੱਪਰ ਗੋਲੀਆਂ ਧਾਕਣ ਦੇ ਲਈ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕਰਦੇ ਆ ਆਪਣੇ ਵੱਲੋਂ ਗੋਲੀਆਂ ਚਲਾਈਆਂ ਤੇ ਮੰਨੂ ਕੁਸਾ ਤੇ ਜਿਹਦੇ ਵਿੱਚ ਜਗਰੂਪ ਰੂਪਾ ਮਾਰੇ ਜਾਂਦੇ ਨੇ ਜਗਰੂਪ ਰੂਪਾ ਜਿਹੜਾ ਹੈ ਭੱਜ ਕੇ ਬਾਹਰ ਆਉਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਤੇ ਬਾਹਰ ਮਾਰਿਆ ਜਾਂਦਾ ਹੈ ਤੇ ਜਿਹੜਾ ਮੰਨੂ ਕੁਸਾ ਨਾਮ ਦਾ ਵਿਅਕਤੀ ਹੈ ਉਹ ਅੰਦਰ ਹੀ ਢੇਰ ਹੋ ਜਾਂਦਾ ਹੈ ਅੰਦਰ ਹੀ ਘਰ ਦੇ ਗੋਲੀਆਂ ਵੱਜਦੀਆਂ ਨੇ ਉੱਥੇ ਹੀ ਮਾਰਿਆ ਜਾਂਦਾ ਹੈ ਫਿਲਹਾਲ ਕੋਈ ਬਹੁਤਾ ਜਿਆਦਾ ਆਲੇ ਦੁਆਲੇ ਦਾ ਨੁਕਸਾਨ ਜਿਹੜਾ ਨਹੀਂ ਹੋਇਆ ਕਿਉਂਕਿ ਪੁਲਿਸ ਨੇ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਜਿਹੜਾ ਏਰੀਆ ਸੀ ਉਹ ਸਾਫ਼ ਕਰਵਾ ਦਿੱਤਾ ਸੀ ਉਸ ਏਰੀਆ ਨੂੰ ਬਿਲਕੁਲ ਕਲੀਨ ਕਰਵਾ ਦਿੱਤਾ ਗਿਆ ਸੀ ਦੋਨੇ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਘੇਰ ਕੇ ਵਾਰਨਿੰਗ ਦਿੱਤੀ ਗਈ ਸੀ ਕਿ ਬਾਹਰ ਆ ਜਾਓ ਪਰ ਦਰਸਲ ਸ਼ਾਇਦ ਉਹਨਾਂ ਦਾ ਭੁਲੇਖਾ ਸੀ ਕਿ ਅਸੀਂ ਪੁਲਿਸ ਨੂੰ ਚਕਮਾ ਦੇ ਕੇ ਇਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਪਰ ਉਹ ਨਹੀਂ ਹੋ ਪਾਇਆ ਦਰਸਲ ਜਿਸ ਤਰ੍ਹਾਂ ਕਿ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਇਹ ਉਥੋਂ ਭੱਜ ਗਏ ਸੀ ਉਥੋਂ ਦੌੜ ਗਏ ਸੀ ਫਿਲਹਾਲ ਉਸੇ ਤਰ੍ਹਾਂ ਦਾ ਅੱਜ ਇਹਨਾਂ ਨੂੰ ਲੱਗਦਾ ਪਿਆ ਸੀ ਕਿ ਸ਼ਾਇਦ ਅੱਜ ਵੀ ਅਸੀਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਫਿਲਹਾਲ ਅਜਿਹਾ ਨਹੀਂ ਹੋਇਆ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਬਾਅਦ ਉੱਥੇ ਹੀ ਢੇਰ ਹੋ ਜਾਂਦੇ ਨੇ ਤੇ ਏਜੀਟੀਐਫ ਦੀ ਟੀਮ ਜਿਹੜੀ ਹੈ ਮੌਕੇ ਤੇ ਪਹੁੰਚ ਜਾਂਦੀ ਹੈ ਜਿੱਥੇ ਕਿ ਕੁਝ ਲੋਕ ਸਥਾਨਕ ਘਟਨਾ ਸਾਲ ਤੇ ਰਹਿਣ ਵਾਲੇ ਲੋਕ ਜਿਨ੍ਹਾਂ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਫਿਲਹਾਲ ਦੋ ਜਿਹੜੇ ਸ਼ੂਟਰ ਨੇ ਮਾਰੇ ਗਏ ਨੇ ਬਾਕੀ ਦੇ ਤਿੰਨ ਸ਼ੂਟਰ ਜਿਹੜੇ ਨੇ ਦਿੱਲੀ ਦੇ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਰੱਖੇ ਨੇ ਦਰਸਲ 6 ਤੋਂ 7 ਜਿਹੜੇ ਸ਼ਾਰਪ ਸ਼ੂਟਰ ਨੇ ਉਹਨਾਂ ਨੂੰ ਹਾਇਰ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹਜੇ ਵੀ ਕੁਝ ਲੋਕ ਇਸ ਮਾਮਲੇ ਤੋਂ ਬਾਹਰ ਦੱਸੇ ਜਾ ਰਹੇ ਨੇ ਉਹ ਲੋਕ ਜਲਦੀ ਹੀ ਫੜ ਲਏ ਜਾਣਗੇ ਉਹ ਲੋਕਾਂ ਦੇ ਉੱਪਰ ਜਲਦੀ ਤੋਂ ਜਲਦੀ ਕਾਨੂੰਨਨ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਜਿਵੇਂ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਤੇ ਪੰਜਾਬੀ 뮤직 ਜਗਤ ਦੇ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਨੇ ਦੱਸਣਾ ਚਾਹਾਂਗੇ ਪਹਿਲਾਂ ਗੱਲ ਕਰ ਲੈਣੇ ਆ ਸਿੱਧੂ ਮੂਸੇਵਾਲੇ ਦੇ ਬਾਰੇ ਜੋ ਕਿ ਕੁਝ ਲੋਕਾਂ ਦੇ ਉੱਪਰ ਦਿਲਾਂ ਦੇ ਉੱਪਰ ਉਸਨੇ ਰਾਜ ਕੀਤਾ ਹੈ ਸਿੱਧੂ ਮੂਸੇਵਾਲਾ ਦਾ ਜਿਹੜਾ ਬੀਤੇ ਦਿਨੀ ਜਨਮ ਦਿਨ ਵੀ ਸੀ ਇਸ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਹਨਾਂ ਨੂੰ ਭਰੇ ਮਨ ਦੇ ਨਾਲ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਬਿਤਾਏ ਪਲਾਂ ਨੂੰ ਵੀ ਸਾਂਝਾ ਕੀਤਾ ਹੈ ਜੈਨੀ ਜੋਹਲ ਗਾਇਕਾ ਉਹਨਾਂ ਨੇ ਵੀ ਭਾਵਕ ਪੋਸਟਾਂ ਪਾ ਕੇ ਇੰਸਟਾਗ੍ਰam ਅਕਾਊਂਟ ਤੇ ਆਪਣੀਆਂ ਪੋਸਟਾਂ ਸ਼ੇਅਰ ਕੀਤੀਆਂ ਨੇ ਤੇ ਲਿਖਿਆ ਏ ਕਿ ਤੇਰੇ ਵਰਗਾ ਤੂੰ ਹੀ ਆ ਕੋਈ ਹੋਰ ਨਹੀਂ ਹੈ ਦਰਸਲ ਸਿੱਧੂ ਮੂਸੇਵਾਲੇ ਦੀ ਗਾਣੇ ਦੇ ਵਿੱਚ ਇੱਕ ਫਿਲਮ ਦੇ ਵਿੱਚ ਯੈਸ ਆਈ ਐਮ ਸਟੂਡੈਂਟ ਦੇ ਵਿੱਚ ਜੈਨੀ ਜੋਹਲ ਦੇ ਵੱਲੋਂ ਗਾਣਾ ਵੀ ਗਾਇਆ ਗਿਆ ਸੀ ਪਰ ਸਿੱਧੂ ਦੇ ਜਾਣ ਤੋਂ ਬਾਅਦ ਅੱਜ ਭਾਵਕ ਪੋਸਟਾਂ ਜਿਹੜੀਆਂ ਨੇ ਜ਼ਰੂਰ ਪਾਈਆਂ ਗਈਆਂ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਰਹਿਂਦੀ ਦੁਨੀਆ ਤੱਕ ਹਰ ਕਿਸੇ ਦੇ ਦਿਲ ਦੇ ਵਿੱਚ ਟੜਕਦਾ ਰਹੇਗਾ ਤੇਰੀ ਆਵਾਜ਼ ਤੇਰੇ ਗੀਤ ਤੇਰੇ ਪੰਜਾਬ ਦੀਆਂ ਹਵਾਵਾਂ ਵਿੱਚ ਤੂੰ ਸਦਾ ਗੂੰਜਦਾ ਰਹੇਗਾ ਇਸ ਤੋਂ ਇਲਾਵਾ ਗਾਇਕਾ ਨੇ ਇਸ ਪੋਸਟ ਦੇ ਵਿੱਚ ਸਿੱਧੂ ਦੇ ਸੁਭਾਅ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਦੱਸਦੀ ਹੈ ਕਿ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਹਥਿਆਰਬੰਦ ਲੋਕਾਂ ਦੇ ਵੱਲੋਂ ਕੁਝ ਜਿਹੜੀਆਂ ਗੱਲਾਂ ਸੀ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਬੇਵਕਤੀ ਮੌਤ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਸਿੱਧੂ ਮੂਸੇਵਾਲੇ ਦੇ ਮਾਪੇ ਇਸ ਗਮ ਦੇ ਵਿੱਚੋਂ ਹਜੇ ਤੱਕ ਵੀ ਨਿਕਲ ਨਹੀਂ پا ਰਹੇ ਆਪਣੇ ਜਵਾਨ ਪੁੱਤ ਨੂੰ ਅੱਜ ਮਰਿਆ ਵੇਖ ਕੇ ਮੋਇਆ ਵੇਖ ਕੇ ਬੁਢਾਪੇ ਵਿੱਚ ਛੇਤੀ ਚਲੇ ਗਏ ਨੇ ਦਰਸਲ ਉਹਨਾਂ ਦੀ ਦੇਖਭਾਲ ਜਿਸ ਪੁੱਤ ਨੇ ਕਰਨੀ ਸੀ ਬੁਢਾਪੇ ਦੇ ਵਿੱਚ ਅੱਜ ਉਹਨਾਂ ਦਾ ਸਹਾਰਾ ਹੀ ਉਹਨਾਂ ਤੋਂ ਚਲਿਆ ਗਿਆ ਭਾਵੇਂ ਅੱਜ 50 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਪਰ ਜਿਹੜਾ ਹਜੇ ਤੱਕ ਵੀ ਕੋਈ ਭਾਲ ਜਿਹੜੀ ਹੈ ਨਹੀਂ ਹੋ ਰਹੀ ਫਿਲਹਾਲ ਬੜੀ ਜਦੋ ਜਹਿਦ ਤੋਂ ਬਾਅਦ ਅੱਜ ਭਾਵੇਂ ਜਿਹੜੀ ਨਵੀਂ ਅਪਡੇਟ ਇਸ ਕੇਸ ਦੇ ਵਿੱਚ ਜ਼ਰੂਰ ਮਿਲੀ ਹੈ ਉਧਰ ਹੀ ਕਈ ਹਸਤੀਆਂ ਨੇ ਵੀ ਸਿੱਧੂ ਮੂਸੇਵਾਲੇ ਦੇ ਮੌਤ ਦੇ ਉੱਪਰ ਕੁਝ ਇਤਰਾਜ਼ ਜਤਾਏ ਨੇ ਦਰਸਲ ਕਿਹਾ ਹੈ ਕਿ ਸਿੱਧੂ ਦੀ ਹੱਤਿਆ ਇੱਕ ਬੇਵਕਤੀ ਮੌਤ ਹੈ ਤੇ ਜਲਦੀ ਤੋਂ ਜਲਦੀ ਇਹਦੀ ਹੱਤਿਆ ਦੀ ਜੜੀ ਹੈ ਕੋਰ ਸਾਜ਼ਿਸ਼ ਕੀਤੀ ਜਾਵੇ ਦਰਸਲ ਪੜਤਾਲ ਕੀਤੀ ਜਾਵੇ ਕਿੰਨਾ ਨੇ ਇਹ ਕਾਂਡ ਕਰਵਾਇਆ ਉਹਨਾਂ ਲੋਕਾਂ ਨੂੰ ਜਲਦੀ ਹੀ ਸਜ਼ਾ ਜੜੀ ਹੈ ਜ਼ਰੂਰ ਦਿੱਤੀ ਜਾਵੇ ਜਿਵੇਂ ਕਿ ਮੁੰਬਈ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਦਾਕਾਰ ਜਿੰਮੀ ਸ਼ੇਰਗਿਲ ਸਲੀਮ ਮਰਚੈਂਟ ਅਤੇ ਗੁਰਪ੍ਰੀਤ ਕੌਰ ਚੱਡਾ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦਰਸਲ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਨਮ ਅੱਖਾਂ ਦੇ ਨਾਲ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਗਈ ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਛੋਟੇ ਜਿਹੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਵੀ ਗੀਤ ਦਿੱਤੇ ਇਸ ਦੇ ਗੀਤਾਂ ਦੀ ਤੂਤੀ ਪੂਰੀ ਦੁਨੀਆ ਦੇ ਵਿੱਚ ਬੋਲਦੀ ਸੀ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਨੂੰ ਹਰ ਕੋਈ ਜਿਵੇਂ ਸ਼ਰਧਾਂਜਲੀਆ ਦੇ ਰਿਹਾ ਸੀ ਉਧਰ ਹੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਭੋਗ ਤੇ ਕਈ ਨਾਮੀ ਹਸਤੀਆਂ ਵੀ ਪਹੁੰਚੀਆਂ ਸੀ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੇ ਨਹੀਂ ਪਹੁੰਚ पाए ਉਹਨਾਂ ਨੇ ਵੀ ਕਾਫੀ ਜ਼ਿਆਦਾ ਭਾਵਕ ਜਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਸੀ ਜੇ ਗੱਲ ਕੀਤੀ ਜਾਵੇ ਅਦਾਕਾਰ ਰਾਣਾ ਰਣਵੀਰ ਨੇ ਵੀ ਇੰਸਟਾਗ੍ਰam account ਤੇ ਇੱਕ ਪੋਸਟ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਨਾਮ ਜਿਸ ਅਦਾਕਾਰ ਨੇ ਬਹੁਤ ਹੀ ਸ਼ਬਦ ਸੁਭਾਵਕ ਸ਼ਬਦਾਂ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਅੰਤਿਮ ਸ਼ਰਧਾਂਜਲੀ ਵੀ ਜਿਹੜੀ ਹੈ ਭੇਟ ਕੀਤੀ ਹੈ ਅਦਾਕਾਰ ਨੇ ਲਿਖਿਆ ਨਹੀਂ ਸਰਕਾਰੇ ਵੇ ਲੀਡਰ ਕਦੇ ਕਦ ਜਮੀਰ ਜਗਾਉਣੀ ਮੌਤ ਮੌਤ ਦੀ ਚੰਦਰੀ ਖੇਡ ਕਦੋਂ ਖਤਮ ਹੋਣੀ ਵੋਟ ਨੋਟ ਤੋਂ ਬਾਹਰ ਆ ਕੇ ਸਾਡੀ ਵੀਨਾ ਸੋਚੋ ਮਾਪੇ ਧੀਆ ਪੁੱਤ ਚੀਕਦੇ ਰਾਸਵਿਆਂ ਦੇ ਰੋਕੋ ਕਿਉਂ ਜ਼ੁਲਮ ਦਿਖਦਾ ਏ ਤੇ ਇਨਸਾਨ ਵਿਕਦਾ ਏ ਪੰਜਾਬ ਦੀਆਂ ਅੱਖਾਂ ਚੋਂ ਲਹੂ ਰਿਸਦਾ ਏ ਇਹ ਗੱਲਾਂ ਕਹੀਆਂ ਗਈਆਂ ਨੇ ਅਦਾਕਾਰ ਰਾਣਾ ਰਣਵੀਰ ਦੇ ਵੱਲੋਂ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਲਈ ਜਿਵੇਂ ਕਿ ਹਰ ਕੋਈ ਭਾਵੁਕ ਹੈ ਹਰ ਕੋਈ ਭਾਵੁਕ ਜਿਹੜੀਆਂ ਪੋਸਟਾਂ ਪਾ ਰਿਹਾ ਹੈ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਸਿੱਧੂ ਮੂਸੇਵਾਲੇ ਦੇ ਕਾਤਲ ਜਿਨ੍ਹਾਂ ਨੇ 29 ਮਈ ਨੂੰ ਸਿੱਧੂ ਦੇ ਉੱਪਰ ਗੋਲੀਆਂ ਚਲਾਈਆਂ ਸੀ ਜਿਵੇਂ ਕਿ ਉਹਨਾਂ ਵਿੱਚੋਂ ਖਾਸ ਤੌਰ ਤੇ ਜਗਰੂਪ ਰੂਪਾ ਤੇ ਮੰਨੂ ਕੁਸਾ ਸ਼ਾਮਲ ਸੀ ਜਗਰੂਪ ਰੂਪਾ ਉਹ ਇਨਸਾਨ ਹੈ ਜਿਸ ਨੇ ਦੋਵੇਂ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ ਸੀ ਤੇ ਪ੍ਰਿਆ ਵਰਤ ਫੌਜੀ ਦੇ ਵੱਲੋਂ ਜਗਰੂਪ ਰੂਪਾ ਦੀ ਵੀਡੀਓ ਬਣਾਈ ਗਈ ਸੀ ਜਿਹੜੀ ਕਿ ਗੋਲਡੀ ਬਰਾੜ ਨੂੰ ਸੈਂਡ ਕੀਤੀ ਗਈ ਸੀ ਉਹ ਵੀਡੀਓ ਇਹਨਾਂ ਦੇ ਫੋਨ ਦੇ ਵਿੱਚੋਂ ਕੁਝ ਅਜੇਹੀਆਂ ਰਿਕਾਰਡਿੰਗਾਂ ਗੱਲਾਂ ਵਗੈਰਾ ਕੁਝ ਵੀਡੀਓ ਵੀ ਜ਼ਰੂਰ ਪ੍ਰਾਪਤ ਹੋਈਆਂ ਨੇ ਤੇ EZTF ਦੀ ਟੀਮ ਨੇ ਉਹ ਸਾਰਾ ਕੁਝ ਬਰਾਮਦ ਕਰ ਲਿਆ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਪਿੰਡ ਭਕਨਾ ਦੇ ਵਿੱਚ ਅੱਜ ਇਹਨਾਂ ਦਾ ਇਨਕਾਊਂਟਰ ਹੋ ਚੁੱਕਿਆ ਹੈ ਜਗਰੂਪ ਰੂਪਾ ਤੇ ਮੰਨੂ ਕੁਸਾ ਜਿਹੜੇ ਨੇ ਢੇਰ ਹੋ ਚੁੱਕੇ ਨੇ ਦਰਸਲ ਅਗਲੇ ਸ਼ੂਟਰਾਂ ਦੀ ਭਾਲ ਦੇ ਵਿੱਚ ਪੰਜਾਬ ਪੁਲਿਸ ਜੁਟ ਗਈ ਹੈ ਤੇ ਵੱਡੀ ਹੀ ਕਾਰਵਾਈ ਜਿਹੜੀ ਹੈ ਅੱਗੇ ਵੇਖਣ ਨੂੰ ਮਿਲ ਸਕਦੀ ਹੈ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਰਵਾਈ ਇਹ ਮੰਨੀ ਜਾ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਚੈਨਲ ਨਾਲ ਜੁੜੇ ਰਹੋ ਰੱਬ ਰਾਖਾ